ਕਰ ਚੱਤਰ ਵੇ ਆਜ਼ਾਦੀ ਦਿਵਸ ਮਾਰੋ ਨੂੰ ਸਮਰਪਿਤ ਮੈਂ ਇਹ ਭਾਸ਼ਣ ਬੋਲਣ ਜਾ ਰਹੀ ਹਾਂ ਜਿਸ ਦਾ ਵਿਸ਼ਾ ਹੈ ਮਹਾਤਮਾ ਗਾਂਧੀ ਜੀ ਦਾ ਨਾਮ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਸਦਾ ਚਮਕਦਾ ਰਹੇਗਾ। ਆਪ ਨੂੰ ਰਾਸ਼ਟਰੀ ਪਿਤਾ ਕਿਹਾ ਜਾਂਦਾ ਹੈ। ਆਪ ਨੇ ਸਾਧਮਈ ਸਾਧਨਾ ਦੀ ਵਰਤੋਂ ਕਰਦੇ ਹੋਏ ਅੰਗਰੇਜ਼ਾਂ ਤੋਂ ਦੇਸ਼ ਨੂੰ ਆਜ਼ਾਦ ਕਰਵਾਇਆ। ਆਪ ਦਾ ਜਨਮ 2 ਅਕਤੂਬਰ 1918 ਗੁਜਰਾਤ ਵਿੱਚ ਹੋਇਆ। ਆਪ ਦਾ ਪੂਰਾ ਨਾਮ ਮੋਹਨਦਾਸ ਕਰਮਚੰਦ ਗਾਂਧੀ ਸੀ। ਆਪ ਸਦਾ ਸੱਚ ਬੋਲਦੇ ਸੀ। ਆਪ ਵਕਾਲਤ ਸਿੱਖਣ ਲਈ ਇੰਗਲੈਂਡ ਚਲੇ ਗਏ। ਆਪ ਝੂਠ ਤੋਂ ਨਫ਼ਰਤ ਕਰਦੇ ਸੀ, ਇਸ ਲਈ ਵਕਾਲਤ ਵਿੱਚ ਸਫਲ ਨਾ ਹੋਏ। ਇੱਕ ਮੁਕੱਦਮੇ ਨੇ ਲਈ ਆਪ ਦੱਖਣੀ ਅਫਰੀਕਾ ਗਏ, ਪਰ ਅੰਗਰੇਜ਼ਾਂ ਦੁਆਰਾ ਭਾਰਤੀ ਨਾਲ ਹੁੰਦੇ ਦਿਤਕਰੇ ਤੋਂ ਦੁਖੀ ਹੋ ਕੇ ਭਾਰਤੀ ਲੋਕਾਂ ਨੂੰ ਇੱਕ ਮੁੱਠ ਕਰਕੇ ਅੰਗਰੇਜ਼ਾਂ ਦਾ ਵਿਰੋਧੀ ਕੀਤਾ। ਆਪ ਨੇ ਭਾਰਤ ਪਰਤ ਕੇ ਕਾਂਗਰਸ ਪਾਰਟੀ ਦੀ ਬਾਗਡੋਰ ਸੰਭਾਲ ਕੇ ਅੰਗਰੇਜ਼ਾਂ ਵਿਰੁੱਧ ਘੋਲ ਸ਼ੁਰੂ ਕੀਤਾ। ਆਪ ਨੇ ਪੂਰਨ ਆਜ਼ਾਦੀ ਦੀ ਮੰਗ ਕੀਤੀ। ਆਪ ਕਈ ਵਾਰ ਜੇਲ੍ਹ ਵੀ ਗਏ। ਆਪ ਨੇ ਅੰਗਰੇਜ਼ਾਂ ਵਿਰੁੱਧ ਭਾਰਤ ਛੱਡੋ ਲਹਿਰ ਚਲਾਈ। ਅੰਤ ਅੰਗਰੇਜ਼ਾਂ ਨੂੰ ਮਜਬੂਰ ਹੋ ਕੇ 15 ਅਗਸਤ ਨੂੰ ਭਾਰਤ ਨੂੰ ਆਜ਼ਾਦ ਕਰਨਾ ਪਿਆ। ਅੰਤ 30 ਜਨਵਰੀ 1948 ਨੂੰ ਨਤੂਰਾ ਗੋਡਸੇ ਨੇ ਆਪ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਇਸ ਤਰ੍ਹਾਂ ਸੰਤੀ ਦਾ 5 ਹਿੱਸਾ ਦਾ ਸ਼ਿਕਾਰ ਹੋ ਗਿਆ। ਦੇ ਦੀ ਹਮੇ ਆਜ਼ਾਦੀ ਬਿਨਾਂ ਖੜਗ ਬਿਨਾਂ ਦਾਲ ਸਬਰਮਤੀ ਕੇ ਸੰਤੁਲਨੇ ਕਰ ਦਿਆ। ਕਮਾਰ ਜੈ ਹਿੰਦ।